ਕਿਤੇ ਨਾਲ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਆਪਣੇ ਹੱਥਾਂ ਦੇ ਵਿੱਚ ਜਕੜਿਆ ਹੋਇਆ ਔਰ ਪੰਜਾਬ ਔਰ ਭਾਰਤ ਦੇ ਵਿੱਚ ਵੀ ਇਹਦੇ ਕਈ ਮਸਲੇ ਨੇ ਉਹ ਸਾਹਮਣੇ ਆ ਰਹੇ ਨੇ। ਇਹ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ। ਅਸੀਂ ਪਹਿਲੇ ਦਿਨ ਤੋਂ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਉਹਨਾਂ ਦੇ ਹਰੇਕ ਫੈਸਲੇ ਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਬੜੇ ਖੁੱਲ੍ਹੇ ਮਨ ਦੇ ਨਾਲ ਸਵਾਗਤ ਕਰਦੇ ਆ ਰਹੇ, ਕਿਉਂਕਿ ਇਹ ਮੌਕਾ, ਇਹ ਲੋਕਾਂ ਨੂੰ ਬਚਾਉਣ ਦਾ ਸਮਾਂ। ਸੋ ਇਸ ਕਰਕੇ ਅਸੀਂ ਉਹਨਾਂ ਦਾ ਸਮਰਥਨ ਕੀਤਾ ਰਾਜਨੀਤੀ ਤੋਂ ਉੱਪਰ ਉੱਠ ਕੇ। ਅਸੀਂ ਕਈ ਦਿਨਾਂ ਤੋਂ ਇਹ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਛੋਟੇ ਲੈਵਲ ਦੇ ਲੀਡਰ ਆਪਣੀਆਂ MC ਦੀਆਂ ਟਿਕਟਾਂ ਪੱਕੀਆਂ ਕਰਨ ਦੇ ਲਈ, ਆਪਣੀ ਰਾਜਨੀਤੀ ਕਰਨ ਦੇ ਲਈ, ਸੋਸ਼ਲ ਡਿਸਟੈਂਸਿੰਗ ਅਤੇ ਬਾਕੀ ਸਾਰੀਆਂ ਸਾਵਧਾਨੀਆਂ ਨੂੰ ਛਿੱਕੇ ਟੰਗ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਨੇ, 100-100, 200-200 ਬੰਦਾ ਇਕੱਠਾ ਕਰਕੇ ਫੋਟੋਆਂ ਖਿਚਾਉਣ ਦੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਉਹ ਸਹੀ ਨਹੀਂ ਲੱਗਿਆ। ਇਹਦੇ ਵਾਸਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ, ਪਰ ਮੈਨੂੰ ਬਹੁਤ ਦੁੱਖ ਹੋਇਆ ਜਦ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਆਪਦੀਆਂ ਰਾਸ਼ਨ ਦੀਆਂ, ਸਰਕਾਰੀ ਰਾਸ਼ਨ ਦੀਆਂ ਕਿੱਟਾਂ ਦੇ ਉੱਪਰ ਲੱਗੀਆਂ ਹੋਈਆਂ ਫੋਟੋਆਂ, ਸੈਨੀਟਾਈਜ਼ਰਾਂ ਦੀਆਂ ਬੋਤਲਾਂ ਦੇ ਉੱਪਰ ਲੱਗੀਆਂ ਹੋਈਆਂ ਫੋਟੋਆਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਕੈਪਟਨ ਸਾਹਿਬ ਨੂੰ ਕਿ ਕੈਪਟਨ ਸਾਹਿਬ, ਪੰਜਾਬ ਦੀਆਂ ਚੋਣਾਂ ਦੇ ਵਿੱਚ ਅਜੇ ਬਹੁਤ ਸਮਾਂ ਪਿਆ, 2-3 ਮਹੀਨੇ ਬਾਅਦ ਇਹ ਆਪਦੀ ਰਾਜਨੀਤੀ, ਫੋਟੋ ਵਾਲੀ ਰਾਜਨੀਤੀ ਚਮਕਾ ਲਿਓ। ਹਜੇ ਕਿਰਪਾ ਕਰਕੇ ਧਿਆਨ ਹੈ ਜਿਹੜਾ ਉਹ ਲੋਕਾਂ ਨੂੰ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦਾ, ਮਰੀਜ਼ਾਂ ਤੱਕ ਦਵਾਈਆਂ ਅਤੇ ਇਲਾਜ ਪਹੁੰਚਾਉਣ ਦਾ, ਇਹੋ ਜਿਹੇ ਉਸ ਪਾਸੇ ਵੱਲ ਧਿਆਨ ਦੇ ਲਈਏ। ਸੋ ਇਸ ਛੋਟੇ ਲੈਵਲ ਦੀ ਇਸ ਦਲਗਤ ਰਾਜਨੀਤੀ, ਮੈਂ ਸਮਝਦਾ ਕਿ ਇਹ ਮਨੁੱਖਤਾ ਦੇ ਅਗੇਂਸਟ ਹੈ। ਇਸ ਤੋਂ ਇਹੋ ਜਿਹੀ ਪੰਜਾਬ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।